SSI ਕਲੱਬ ਤੋਂ ਪ੍ਰਧਾਨ ਗੁਰਵਿੰਦਰ ਸਿੰਘ ਤੂਰ। ਅੱਜ ਪੰਜਾਬੀ ਬੋਲੀ ਦਿਵਸ ਹੈ, ਤੁਸੀਂ ਪੰਜਾਬੀ ਬੋਲੀ ਦਿਵਸ 'ਤੇ ਪੰਜਾਬੀ ਲਈ ਕੀ ਕਹਿਣਾ ਚਾਹੋਗੇ? ਪੰਜਾਬੀ, ਸਾਨੂੰ ਪੰਜਾਬੀ ਹੋਣ 'ਤੇ ਮਾਣ ਆ। ਅਕਸਰ ਇਹ ਚੀਜ਼ਾਂ ਅਸੀਂ ਬਾਹਰਲੇ ਮੁਲਕਾਂ 'ਚ ਸੁਣਦੇ ਹਾਂ, ਲੇਕਿਨ ਜਿਹੜੇ ਲੋਕ ਅਸਲ 'ਚ ਪੰਜਾਬੀ ਨੇ ਉਹ ਸਾਡੇ ਆਪਣੇ ਨੇ, ਚਾਹੇ ਸਾਡੇ ਨਾਲ ਆ ਕੇ ਵਸੇ ਲੋਕ ਨੇ। ਪੰਜਾਬੀ ਤੋਂ ਖਾਧਾ, ਪੰਜਾਬ ਤੋਂ ਖਾਧਾ, ਲੇਕਿਨ ਪੰਜਾਬ ਦੇ ਨਾਲ ਹੀ ਦਗਾ ਕਰਨ ਦੇ ਵਿੱਚ ਸਭ ਤੋਂ ਪਹਿਲੇ ਨੰਬਰ 'ਤੇ ਸਾਡੇ ਲੀਡਰ, ਸਾਡੇ ਗਾਇਕ ਵਿਸ਼ੇਸ਼ ਗੁਰਦਾਸ ਮਾਨ ਹੋਣੀ। ਸਾਰੀ ਜ਼ਿੰਦਗੀ ਪੰਜਾਬੀ ਤੋਂ ਹੀ ਖਾਧਾ ਅਤੇ ਅੱਜ ਪੰਜਾਬੀ ਨੂੰ ਹੀ ਉਹ ਮਾਸੀ, ਚਾਚੀ, ਤਾਈ ਦੱਸਣ ਲੱਗ ਗਏ ਨੇ, ਅਤੇ ਬੜੀ ਹੀ ਸ਼ਰਮਨਾਕ ਗੱਲ ਆ। ਅਤੇ ਮੈਂ ਤਾਂ ਪੰਜਾਬੀ ਬੋਲੀ ਨੂੰ ਆਪਦੇ ਦਿਲ 'ਚੋਂ ਪਹਿਲੇ ਨੰਬਰ 'ਤੇ ਸਮਝਦਾ ਵਾਂ, ਅਤੇ ਸਮਝੂੰਗਾ ਅਤੇ ਆਪਦੇ ਬੱਚਿਆਂ ਨੂੰ ਵੀ। ਮੈਂ ਇਹ ਲੋਕ ਸੋਚਦੇ ਇੰਗਲਿਸ਼ ਬੋਲ ਕੇ ਤੁਸੀਂ ਜ਼ਿਆਦਾ ਪੜ੍ਹੇ ਲਿਖੇ ਬਣ ਸਕਦੇ, ਪਰ ਇੱਦਾਂ ਦੀ ਕੋਈ ਗੱਲ ਨਹੀਂ ਜੀ। ਪੰਜਾਬੀ ਬੋਲੀ ਦੇ ਵਿੱਚ ਜੇ ਤੁਸੀਂ ਜਾਓ ਤਾਂ 10ਵੇਂ ਨੰਬਰ 'ਤੇ 270 ਭਾਸ਼ਾ ਦੇ ਵਿੱਚੋਂ 10ਵੇਂ ਨੰਬਰ 'ਤੇ ਆਉਂਦੀ ਹੈ, ਅਤੇ ਸਾਡੇ ਲਈ ਬੜੀ ਮਾਣ ਵਾਲੀ ਗੱਲ ਆ। ਜਿਨ੍ਹਾਂ ਨੂੰ ਅਸੀਂ ਆਪਦੇ ਵਿਰੋਧੀ ਦੇਸ਼ ਕਹਿ ਰਹੇ ਹਾਂ, ਉਹਨਾਂ ਨੇ ਪੰਜਾਬੀ ਨੂੰ ਮਾਣ ਬਖਸ਼ ਕੇ ਉਹਨੂੰ ਪਹਿਲੇ ਨੰਬਰ 'ਤੇ ਕੀਤਾ, ਅਤੇ ਅਸੀਂ ਆਪਦੇ ਪੰਜਾਬੀ ਸੂਬੇ ਨੂੰ ਪੰਜਾਬੀ ਪਹਿਲੇ ਨੰਬਰ 'ਤੇ ਨਹੀਂ ਕਰਾ ਸਕ ਰਹੇ, ਅਤੇ ਸਾਨੂੰ ਲੜਾਈ ਲੜਨੀ ਪੈ ਰਹੀ ਆ ਬੋਰਡਾਂ ਦੇ ਉੱਤੇ ਪੰਜਾਬੀ ਲਿਆਉਣ ਲਈ। ਦੇਖੋ, ਸਾਡੀ ਸਰਕਾਰ ਨੂੰ ਕਰਨਾ ਪੈ ਰਿਹਾ ਵੀ ਅਸੀਂ ਪੰਜਾਬੀ ਲਿਖਾਂਗੇ ਜੀ, ਸਾਨੂੰ ਵਾਅਦੇ ਕਰ ਰਹੇ ਨੇ, ਜਦਕਿ ਇਹਦਾ ਲੋੜ ਹੀ ਨਹੀਂ ਹੈਗੀ। ਅਸੀਂ ਪੰਜਾਬੀ ਸੂਬੇ ਜਾਂ ਪੰਜਾਬੀ ਪਹਿਲੇ ਨੰਬਰ 'ਤੇ ਬਸ ਹੋਣੀ ਚਾਹੀਦੀ, ਇਹ 'ਚ ਤਾਂ ਕੋਈ ਦੋ ਰਾਏ ਵਾਲੀ ਗੱਲ ਹੀ ਹੈ ਨਹੀਂ ਗੀ। ਕਿਸੇ ਗਾਇਕ ਨੇ ਲਿਖਿਆ ਵਾ ਪੰਜਾਬੀ ਬੋਲੀ ਦੇ ਦੋ ਲਾਈਨਾਂ ਪੰਜਾਬੀ ਬੋਲੀ ਵਾਸਤੇ, ਕਹਿੰਦਾ ਮਿੱਟੀਆਂ ਖਲਾਰ ਗਲੀਆਂ ਦੇ ਵਿੱਚ ਕੂੰਦੀ ਹੈ, ਪੰਜਾਂ ਪੁੱਤਰਾਂ ਦੀ ਮਾਂ ਰੋਂਦੀ ਹੈ, ਕਮਲੀ ਨਹੀਂ ਹੈ ਤਾਂ ਰੋਂਦੀ ਹੈ। ਕਿਆ ਬਾਤ ਹੈ, ਬਹੁਤ ਖੂਬ। ਇਹ ਸਾਡੀ ਜਿਹੜੀ ਬੋਲੀ ਆ ਇਹ ਤਾਂ ਰੋ ਰਹੀ ਹੈ ਕਿਉਂਕਿ ਇਹਦੇ ਪੁੱਤਾਂ ਨੇ ਇਹਦੇ ਨਾਲ ਦਗਾ ਕੀਤਾ। ਹਿੰਦੀ ਕੋਈ ਬਹੁਤ ਤਕੜੀ ਚੀਜ਼ ਨਹੀਂ ਹੈਗੀ, ਕੁਛ ਏਰੀਏ 'ਚ ਬੋਲੀ ਜਾਂਦੀ ਆ, ਠੀਕ ਆ। ਸਾਡੇ ਉੱਤੇ ਇਹਨੂੰ ਕਿਹਾ ਗਿਆ ਵੀ ਇਹ ਸਾਡੀ ਰਾਸ਼ਟਰੀ ਭਾਸ਼ਾ। ਰਾਸ਼ਟਰੀ ਭਾਸ਼ਾ ਅਸਲ ਦੇ ਵਿੱਚ ਜਿਹੜਾ ਉਹਦਾ ਅਹੁਦਾ ਹੁੰਦਾ ਉਹ ਹੁੰਦਾ ਜਿਹੜੀ ਸਾਰੇ ਰਾਸ਼ਟਰਾਂ 'ਚ ਬੋਲੀ ਜਾਵੇ। ਗੁਜਰਾਤ 'ਚ ਗੁਜਰਾਤੀ ਬੋਲੀ ਜਾਂਦੀ ਹੈ, ਪੰਜਾਬ 'ਚ ਪੰਜਾਬੀ ਬੋਲੀ ਜਾਂਦੀ ਹੈ, ਹਰਿਆਣੇ 'ਚ ਹਰਿਆਣਵੀ ਬੋਲੀ ਜਾਂਦੀ ਆ, ਕੇਰਲਾ 'ਚ ਕੇਰਲਾ ਵਾਲੇ ਬੋਲਦੇ ਨੇ, ਕਰਨਾਟਕਾ ਅਲੱਗ ਆ, ਆਸਾਮ ਅਲੱਗ ਆ, ਅਲੱਗ ਅਲੱਗ ਰਾਜਾਂ ਦੀਆਂ ਭਾਸ਼ਾ ਨੇ, ਕਿਉਂਕਿ ਟੈਰਾਟਰੀ ਇੱਕ ਸਿੰਗਲ ਟੈਰਾਟਰੀ। ਮੈਂ ਤਾਂ ਕਈ ਘਰਾਂ ਦੇ ਵਿੱਚ ਹਿੰਦੀ ਬੋਲਦਿਆਂ ਦੇਖਿਆ ਵੀ ਬੱਚਿਆਂ ਨਾਲ ਹਿੰਦੀ 'ਚ ਗੱਲ ਕੀਤੀ ਜਾਂਦੀ ਹੈ, ਪੰਜਾਬੀ ਘਰ ਨੇ ਜਿਹੜੇ ਉਹ ਸ਼ਰਮ ਮਹਿਸੂਸ ਕਰ ਰਹੇ ਨੇ ਵੀ ਪਤਾ ਨਹੀਂ ਹਿੰਦੀ ਬੋਲ ਕੇ ਸਾਡਾ ਬੱਚਾ ਜ਼ਿਆਦਾ ਉਹ ਵਧੀਆ ਬਣ ਜਾਣਾ ਵਾ। ਪਰ ਇੱਦਾਂ ਦੀ ਕੋਈ ਗੱਲ ਨਹੀਂ, ਪੰਜਾਬੀ 10ਵੇਂ ਨੰਬਰ ਦੀ ਭਾਸ਼ਾ ਵਾ 280 ਮੁਲਕਾਂ ਦੇ ਵਿੱਚੋਂ, ਅਤੇ ਮਾਣ ਮਹਿਸੂਸ ਹੋਣਾ ਚਾਹੀਦਾ। ਪਤਾ ਨਹੀਂ ਕਿਉਂ ਨਹੀਂ ਲੋਕ ਮਾਣ ਮਹਿਸੂਸ ਕਰਦੇ, ਪਰ ਮੈਂ ਬਹੁਤ ਮਾਣ ਮਹਿਸੂਸ ਕਰਦਾ ਕਿ ਮੈਂ ਪੰਜਾਬੀ ਹਾਂ। ਬਿਲਕੁਲ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ। ਤੁਸੀਂ ਸਾਨੂੰ ਟਾਈਮ ਦਿੱਤਾ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਪੰਜਾਬੀ ਮਾਂ ਬੋਲੀ ਲਈ ਪੰਜਾਬੀ ਬੋਲੀ ਦਿਵਸ 'ਤੇ, ਤੁਹਾਨੂੰ ਬਹੁਤ ਬਹੁਤ ਢੇਰ ਸਾਰੀਆਂ ਮੁਬਾਰਕਾਂ। ਸ਼ੁਕਰੀਆ, ਧੰਨਵਾਦ, ਮਿਹਰਬਾਨੀ, ਧੰਨਵਾਦ, ਸਤਿ ਸ਼੍ਰੀ ਅਕਾਲ।